ਹਾਂਜੀ ਦੋਸਤੋ ਸਭ ਦਾ ਸਵਾਗਤ ਹੈ ਜੀ ਤੇ ਹਾਜ਼ਰਾਂ ਜੀ ਸ਼੍ਰੀ ਰਾਮ 272 ਕਣਕ ਦੇ ਬਾਰੇ ਕੁਝ ਜਾਣਕਾਰੀ ਲੈ ਕੇ ਤੇ ਇਹ ਮੈਂ ਤਿੰਨ ਕਿੱਲਾਂ ਦੀ ਅਸੀਂ ਅਲੱਗ ਵੜਾਈ ਕੀਤੀ ਸੀ ਸਪੈਸ਼ਲ ਇਸ ਦਾ ਝਾੜ ਵੇਖਣ ਵਾਸਤੇ ਤੇ 12 बाई 6.5 ਫੁੱਟੀ ਇਹ ਟਰਾਲੀ ਇਹ ਵਿੱਡ ਲੱਗਿਆ ਹੋਇਆ ਤੇ 3 ਏਕੜ ਦੇ ਵਿੱਚੋਂ ਜਿਹੜੀ ਇਹ ਏ ਤੋਲਾਈ ਕੀਤੀ ਗਈ ਸੀ 82 ਕੁੰਟਲ ਵਜ਼ਨ ਹੋਇਆ ਜੀ 8 ਕਨਾਲ ਦਾ ਕਿੱਲਾ ਸਾਡੇ ਤੇ ਹੁਣ ਮੈਂ ਦੱਸ ਦੇਵਾਂ ਇਹਦੇ ਵਿੱਚ ਬਜਾਈ ਵੇਲੇ ਅਸੀਂ ਦੋ ਥੇਲੇ ਸਿੰਗਲ ਸੁਪਰ ਫਾਸਫੇਟ ਤੇ 20 25 ਕਿਲੋ ਦੇ ਲਗਭਗ ਡੀਏਪੀ ਤੇ 15 20 ਕਿਲੋ ਅਸੀਂ ਯੂਰੀਆ ਪਾਇਆ ਸੀ ਆਖਰੀ ਸੁਹਾਗਾ ਲਾਉਣ ਤੋਂ ਪਹਿਲਾਂ ਤੇ ਖਰਚੇ ਵਿੱਚ ਵਾਹ ਕੇ ਪਾਣੀ ਲਾ ਕੇ ਰੌਣੀ ਕਰਕੇ 7 ਨਵੰਬਰ ਨੂੰ ਦੇ ਲਗਭਗ ਮੈਂ ਕਣਕ ਜਿਹੜੀ ਹੈ ਬੀਜੀ ਸੀ ਤੇ ਕਈ ਕਿਸਾਨ ਵੀਰ ਪੁੱਛਦੇ ਨੇ ਇਹਦਾ ਬੀਜ ਰਹਿ ਸਕਦਾ ਕਿ ਨਹੀਂ ਤੇ ਵੀਰ ਇੰਦਰਪਾਲ ਸਿੰਘ ਜਿਹੜੇ ਨੇ ਸਾਧੂ ਸਰਦੂਲਗੜ ਤੋਂ ਉਹ ਕਈ ਸਾਲਾਂ ਤੋਂ ਸ਼੍ਰੀ ਰਾਮ ਦਾ ਬੀਜ ਰੱਖਦੇ ਆ ਰਹੇ ਨੇ ਤੇ ਕੋਈ ਅਜਿਹਾ ਲੱਗਦਾ ਨਹੀਂ ਤੇ ਮੈਂ ਵੀ ਥੋੜੇ ਜਗ੍ਹਾ 'ਚ ਟ੍ਰਾਇਲ ਕੀਤਾ ਸੀ ਤੁਸੀਂ ਇਸ ਵੀਡੀਓ 'ਚ ਵੇਖਿਆ ਹੋਣਾ ਸੌਰੀ ਇਸ ਚੈਨਲ ਦੇ ਉੱਪਰ ਪਿੱਛੇ ਵੀਡੀਓ ਚੈੱਕ ਕਰ ਸਕਦੇ ਹੋ ਤੇ ਮੈਨੂੰ ਕੋਈ ਬਹੁਤਾ ਫਰਕ ਨਹੀਂ ਲੱਗਿਆ ਝਾੜਦਾ ਪਿਛਲੇ ਸਾਲ ਦੇ ਬੀਜ ਬੀਜਿਆ ਸੀ ਉਦੋਂ 172 ਦੇ ਨਾਮ ਤੇ ਸੀ ਉਹ ਇਸ ਵਾਰ ਇਹਨਾਂ ਨੇ 272 ਦੇ ਕਰੀਏ ਤੇ ਬਾਕੀ ਦੋਸਤੋ ਇਹ ਤੀਜੇ ਕਿਲੇ ਨੂੰ ਕੰਪੈਨ ਜਿਹੜੀ ਇਹ ਵੱਢ ਰਹੀ ਏ ਤੇ ਜਿਹੜਾ ਹੁਣ ਮੋਟਰ ਦੇ ਨੇੜੇ ਅਸੀਂ ਲਏ ਆ ਕਿਉਂਕਿ ਜੋ ਇਹ ਅਲੱਗ-ਅਲੱਗ ਜਿਹੜੀ ਵੀਡੀਓ ਫਿਲਮਾਈ ਗਈ ਏ ਤੇ ਕਿਉਂਕਿ ਲਗਾਤਾਰ ਇੰਨੀ ਸ਼ੂਟ ਨਹੀਂ ਕੀਤੀ ਜਾ ਸਕਦੀ ਤੇ ਖੇਤ ਦੇ ਨੇੜੇ ਲਿਆ ਕੇ ਮੈਂ ਆਖਰੀ ਟੈਂਕਰ ਪਾਇਆ ਕਿਉਂਕਿ ਜ਼ਮੀਨ ਵੀ ਬਰਸਾਤ ਹੋਣ ਕਾਰਨ ਗਿੱਲੀ ਸੀ ਤੇ ਇਸ ਦਿਨ ਮੌਸਮ ਵੀ ਖਰਾਬ ਸੀ ਤੇ ਬਾਕੀ ਦੀ ਗਣਕ ਜਿਵੇਂ ਤੁਸੀਂ ਬਾਕੀ ਟਰਾਲੀਆਂ ਵੇਖ ਰਹੇ ਹੋ ਅਸੀਂ ਬਾਅਦ ਚ ਵੱਡੀ ਐ ਤੇ ਪਰ ਮੈਂ ਲਾਸਟ ਦੇ ਵਿੱਚ ਵੀਡੀਓ ਜੀ ਤੁਸੀਂ ਵੇਖੋਗੇ ਟਰਾਲੀ ਮੈਂ ਸਭ ਤੋਂ ਅਖੀਰ ਚ ਤੋਰੀ ਸੀ ਕਿਉਂਕਿ ਮੈਂ ਮੇਰੇ ਨਾਲ ਪਾਪਾ ਜੀ ਹੀ ਰਹੇ ਹੁੰਦੇ ਨੇ ਤੇ ਕਿਛੋੜਾ ਐ ਨੌਕਰ ਐ ਥੋੜਾ ਜਾਨੀ ਅਸੀਂ ਕੰਮ ਦੀ ਥੋੜੀ ਸਮੱਸਿਆ ਆਉਂਦੀ ਐ ਤੇ ਬਾਕੀ ਵੀਰ ਉਹ ਮੇਰੇ ਤੋਂ ਜਿਹੜੀ ਚ ਬੱਚੇ ਦੇ ਕੋਲ ਟਰਾਲੀ ਜਿਹੜੀ ਉੱਥੇ ਥਾਂ ਗਿੱਲਾ ਹੋ ਗਿਆ ਤੇ ਕਣਕ ਉਛਲ ਗਈ ਥੱਲੇ ਜਾਨੀ ਡਿੱਗ ਗਈ ਸੀ ਕਣਕ ਜਿਹੜੀ ਦਾਣੇ ਕਾਫੀ ਜ਼ਿਆਦਾ ਉਹ ਹੋ ਗਏ ਸਨ ਤੇ ਉਹਦੇ ਵਾਸਤੇ ਮੈਂ ਆਪ ਸਭ ਤੋਂ ਮਾਫੀ ਮੰਗਣਾ ਵਾ ਤੇ ਕਿਉਂਕਿ ਅਚਨਚੇਤੇ ਇਸ ਤਰ੍ਹਾਂ ਗਲਤੀ ਹੋ ਜਾਂਦੀ ਏ ਤੇ ਬਾਕੀ ਦੋਸਤੋ ਇਹ ਜਿਹੜੀ ਟਰਾਲੀ ਹੈ ਮੇਰੀ ਇਹ ਸਿੱਧੀ ਹੁੱਕ ਵਾਲੀ ਸੀ ਪਰ ਮੈਂ ਗੰਨਾ ਕਾਫੀ ਲਾਉਂਦਾ ਸਨ ਤੇ ਉਸ ਦੇ ਕਾਰਨ ਮੈਂ ਬਾਅਦ 'ਚ ਇਹ ਹੁੱਕ ਜਿਹੜੀ ਇਸ ਤਰ੍ਹਾਂ ਬਿਲਗਾ ਟਾਈਪ ਬਣਵਾ ਲਈ ਸੀ ਤੇ ਇਹ ਜਿਹੜਾ ਮੇਰਾ ਡੀਏ ਹੀ ਕਰਾਇਆ ਹੋਇਆ ਹੈ B275 ਮਹਿੰਦਰਾ ਬੜੇ ਰਾਮ ਨਾਲ ਅੱਗੇ ਬਿਨਾਂ ਮਿੱਟੀ ਵਗੈਰਾ ਧਰਨ ਤੋਂ 150 ਕੁਇੰਟਲ ਦੇ ਲਗਭਗ ਗੰਨਾ ਸੀ ਉਦੋਂ ਹੀ ਲੈ ਜਾਣਾ ਤੇ ਜਿਸ ਤੋਂ ਵਧੇਰੇ ਖਚਾਈ ਕਰਾਣੀ ਹੋਵੇ 200 ਕੁਇੰਟਲ ਤੱਕ ਬੜੀ ਆਸਾਨੀ ਨਾਲ ਖਚਾਈ ਹੁੰਦੀ ਹੈ ਜੀ ਇਸ ਤਰ੍ਹਾਂ ਦੀ ਤੇ ਮੈਂ ਵੀ ਵੀਡੀਓ ਵੀ ਇਸ ਦੀ ਸਪੈਸ਼ਲ ਬਣਾਵਾਂਗਾ ਵੀ ਹੁੱਕ ਕਿਵੇਂ ਬਣਾਈ ਜਾਂਦੀ ਹੈ ਜੇ ਕੋਈ ਮਿਸਤਰੀ ਤੁਸੀਂ ਆਪਣੇ ਏਰੀਆ ਤੋਂ ਵੀ ਬਣਵਾਣੀ ਹੋਵੇ ਉਹ ਵੀ ਬਣ ਜਾਂਦੀ ਹੈ ਤੇ ਬਾਕੀ ਦੋਸਤੋ ਤੁਸੀਂ ਆਪਣੇ ਕਮੈਂਟ ਜਰੂਰ ਦਿਓ ਤੇ ਇਹ ਵੀਡੀਓ ਜੀ ਤੁਸੀਂ ਵੇਖਿਓ ਜਿਵੇਂ ਸਾਡੇ ਤੋਂ ਥੋੜੀ ਜੀ ਕਣਕ ਡੁੱਲ ਗਈ ਸੀ ਤੇ ਉਹ ਥੋੜਾ ਬੁਰਾ ਵੀ ਲੱਗਦਾ ਕਈ ਕਿਸਾਨ ਵੀਰ ਨੇ ਤੇ ਪਲੀਜ਼ ਗੁੱਸੇ ਨਾ ਹੋਇਓ ਬਾਕੀ ਜੇ ਬੋਲੋਗੇ ਵੀ ਕੁਝ ਗਲਤ ਤਾਂ ਸਿਰ ਮੱਥੇ ਹੀ ਤੁਹਾਡਾ ਹੁਕਮ ਤੇ ਚੈਨਲ ਵੀ ਤੁਹਾਡਾ ਕਮੈਂਟ ਜਰੂਰ ਕਰਿਓ ਜੀ ਬਹੁਤ ਬਹੁਤ ਧੰਨ